पैसे नहीं आ रहे, कई फार्म भरे हुए ने, कोई पैसा नहीं। हुण गरीबां दी इही मंग आ वी साडे पैसे माफ हो जाण, साडे माई भाग वाले पैसे ले हे। पंजाब लैवल ते हल्के लैवल दी गल करिए तां जो कांग्रेस दे वादे सीगे उहनां चों मेरे ख्याल नाल कांग्रेस एक भी पूरा नहीं कर सकी। अज तक जिन्नियां सरकारां आईआं, चाहे अकाली दल आया चाहे कांग्रेस, सानू उन्हां ने भड़काया धर्म दे नां उत्ते। कर्जा माफ़ी भी होई किसी किसान दी इत्थे? 585 रुपये मेरी हुई है जी। साढ़े इतने स्कूल्स दे विच सिर्फ रंग करन नू एजुकेशन दा दायरा नहीं उपर हो जाता। ये जिहड़ा साढ़े पिंड लैवल दा जिहड़ा पद्धरी ना लैवल रह गया ना, वो असी साड़ियां सरकारां चक्कण तों फेल ने। मैम चेंज इन द सेंस के डिवेलपमेंट यूथ दे लई कुछ ना कुछ के उही ला रहे ना, हुण सारा यूथ बाहर जा रहा है जी, इत्थे पिंडां दे लोकल लैवल ते छोटे लैवल ते तरक्की होवे। ਜੋ 3 ਸਾਲ ਪਹਿਲਾਂ ਅਸੀਂ ਅਪਲਾਈ ਕਰਿਆ ਜੀ ਬੀ ਡੀ ਦਫ਼ਤਰ 'ਚ, ਉੱਥੇ ਨੌਕਰੀਆਂ ਦੇਣ ਆਈ ਤੀ ਜੀ, ਉਹ ਨੌਕਰੀਆਂ ਤੀ ਬਿਊਟੀ ਪਾਰਲਰ, ਠੀਕ ਆ ਜੀ, ਬਿਊਟੀ ਪਾਰਲਰ ਬੰਦੇ ਕਰ ਸਕਦੇ ਨੇ ਨਹੀਂ, ਫਿਰ ਜੀ ਸਾਰੀ ਨੌਕਰੀਆਂ ਨੇ ਉੱਥੇ, ਫਿਰ ਸਾਨੂੰ ਇਸ ਵੀ ਫੋਨ ਨਹੀਂ ਆਇਆ, ਤੈਨੇ ਫੋਨ ਕਰਾਂ ਉਹਦੇ। ਇਸ ਪਿੰਡ ਵਿੱਚ ਬਿਜਲੀ ਆਉਂਦੀ ਹੈ ਜਿਹੜੀ ਖੇਤੀ ਲਈ, ਪਾਣੀ ਲਈ, ਟਿਊਬਵੈੱਲ ਚਲਾਉਣ ਲਈ ਬਿਜਲੀ ਆਉਂਦੀ ਹੈਗੀ ਹੈ ਜੀ। ਖੇਤਾਂ ਦੀ ਹੈ ਸਪਲਾਈ, ਉਹਦੇ 'ਤੇ ਅਕਸਰ ਕੱਟ ਲੱਗਦੇ ਨੇ, ਅਤੇ ਉਹ ਜਿਵੇਂ ਪਹਿਲਾਂ 8 ਘੰਟੇ ਪੂਰੀ ਆਉਂਦੀ ਸੀ ਲਾਈਟ, ਉਹ 8 ਘੰਟੇ ਲਗਾਤਾਰ ਨਹੀਂ ਆਉਂਦੀ, ਟੁੱਟ ਟੁੱਟ ਕੇ ਲਾਈਟ ਆਉਂਦੀ ਹੈ, ਇਹ ਪ੍ਰੋਬਲਮ ਹੈ। ਸਰਕਾਰਾਂ ਬਣਾਉਂਦੀ ਤਾਂ ਅਸੀਂ ਆਪਣੇ ਫਾਇਦੇ ਲਈ ਬਣਾਉਂਦੇ ਹਾਂ, ਪਰ ਉਹ ਬੇਈਮਾਨ ਹੋ ਜਾਂਦੇ ਨੇ। ਅਸੀਂ ਜਾਵਾਂਗੇ ਕੰਮ ਕਰਾਉਣ ਤਾਂ ਉਹਨਾਂ ਨੇ ਹੋਰ ਨਹੀਂ ਕੋਈ 10 ਦਿਨ ਦਾ ਸਾਨੂੰ ਲਾਰਾ ਹੀ ਲਾ ਦੇਣਾ। ਕਿਸਾਨ ਉਹ ਪਰੇਸ਼ਾਨ ਹੈ, ਪੰਜਾਬ ਦਾ ਅੱਜ ਇੱਕ ਵੀ ਤੁਸੀਂ ਅਦਾਰਾ ਇਹੋ ਜਿਹਾ ਦਿਖਾ ਦਿਓ ਜਿਹੜਾ ਹੜਤਾਲ 'ਤੇ ਧਰਨਿਆਂ 'ਤੇ ਨਹੀਂ ਬੈਠਾ ਹੈਗਾ। ਚਾਹੇ ਕੋਈ BJP ਵਾਲਾ ਆਇਆ, ਚਾਹੇ ਅਕਾਲੀ ਦਲ ਆਇਆ, ਚਾਹੇ ਕਾਂਗਰਸ ਆਇਆ, ਇੱਕ ਆਉਂ ਛੁਣਕਣਾ ਜਾਂ ਹੋਰ ਖੜਕਦਾ। ਮੈਨੀਫੈਸਟੋ ਅਸੀਂ ਪੜ੍ਹ ਲਾਂਗੇ, ਪੜ੍ਹਦੇ ਆਏ ਹਾਂ, ਪਰ ਉਹਦੇ 'ਚ ਤਾਂ ਬਹੁਤ ਕੁਛ, ਜਾਂ ਤਾਂ ਇਹ ਕਾਨੂੰਨ ਬਣਾ ਦਿੱਤਾ ਜਾਵੇ ਜਿਹੜਾ ਚੋਣ ਮੈਨੀਫੈਸਟੋ ਪੂਰਾ ਨਹੀਂ ਕਰੂਗਾ, ਉਹ ਇਲੈਕਸ਼ਨ ਨਹੀਂ ਲੜ ਸਕੂਗਾ। 119 ਵਾਅਦੇ ਸੀ ਕਾਂਗਰਸ ਸਰਕਾਰ ਦੇ, ਜਿਹਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਕਰ ਸਕੇ, ਅਤੇ ਉਸ ਤੋਂ ਬਾਅਦ 'ਚੋਂ ਕੈਪਟਨ ਸੋਨੀਆ ਗਾਂਧੀ ਕੋਲ ਜਾਂਦੇ ਨੇ ਅਤੇ ਕਹਿੰਦੇ ਨੇ ਸਾਡੇ ਪੰਜਾਬ ਦੇ ਸਿਰਫ 17 ਮੁੱਦੇ ਨੇ। ਤੁਸੀਂ ਦੇਖੋ ਸਾਡੇ ਲੋਕਾਂ ਨੂੰ ਬੇਵਕੂਫ਼ ਕਿਵੇਂ ਬਣਾਇਆ ਜਾਂਦਾ, 119 ਤੋਂ 5 'ਤੇ ਲਿਆ ਕੇ ਉਹ ਤੋਂ ਬਾਅਦ 'ਚੋਂ ਠੱਗਿਆ ਜਾਂਦਾ, ਫਿਰ ਵਾਰ ਵਾਰ ਧੋਖਾ ਦਿੱਤਾ ਜਾਂਦਾ। ਅਸੀਂ ਦੇਖਣਾ ਚਾਹੁੰਦੇ ਇੱਕ ਵਾਰ, ਅਸੀਂ 70 ਸਾਲ ਦੇਖ ਲਏ, ਅਸੀਂ ਬਦਲਾਵਾ ਕਰਨਾ ਹੁਣ ਇਸ ਵਾਰ। ਰੋਜ਼ਗਾਰ ਮੇਲਾ ਲਗਾਇਆ ਇਹਨਾਂ ਨੇ, ਕੱਲ੍ਹ ਹੀ ਲਗਾਏ ਤੁਸੀਂ ਕਿਹਾ, ਉਹ ਰੋਜ਼ਗਾਰ ਮੇਲੇ ਦਾ ਲਾਈਕ ਫਾਇਦਾ ਕੀ ਹੈ? 7500 ਰੁਪਿਆ ਤੁਹਾਡੀ ਪਰਚੇਜ਼ਿੰਗ ਪਾਵਰ ਕੀ ਹੈ ਇੰਡੀਅਨ ਰੂਪੀ ਦੀ? ਅਗਰ ਆਪਾਂ ਦੇਖੀਏ 7500 ਰੁਪਏ 'ਚ ਕਿਸੇ ਦਾ ਘਰ ਨਹੀਂ ਚੱਲਦਾ। ਜੋ ਕਿਸਾਨੀ ਸੰਘਰਸ਼ ਅਸੀਂ ਦੇਖ ਰਹੇ ਹਾਂ ਪੰਜਾਬ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਪੂਰੇ ਦੇਸ਼ ਨੂੰ ਹਿਲਾ ਕੇ ਰੱਖਦਾ ਹੈ। ਅਸੀਂ ਦੇਖਦੇ ਹਾਂ ਹਰ ਰੋਜ਼ ਐਸੇ ਹੜ੍ਹ ਆਉਂਦੇ ਹੈ ਕਿ ਸਰਕਾਰਾਂ ਅੰਦਰੋਂ ਕੰਬੀਆਂ ਹੋਈਆਂ ਹਨ। ਉਸ ਕਿਸਾਨੀ ਸੰਘਰਸ਼ ਦੀ ਤਾਕਤ ਪੰਜਾਬ ਦੇ ਪਿੰਡ ਨੇ, ਇੱਥੋਂ ਉਹ ਤਾਕਤ ਸ਼ੁਰੂ ਹੋਈ ਸੀ ਅਤੇ ਹੁਣ ਜਿਹੜੀ ਪੰਜਾਬ ਦੀ ਆਪਣੀ ਚੋਣਾਂ ਦੀ ਲੜਾਈ ਹੈ 2022 ਦੀ, ਉਹਦੇ ਵਿੱਚ ਇਹ ਜੋ ਪਿੰਡ ਨੇ ਜਿਹੜੇ ਜਾਗਰੂਕ ਹੋਏ ਨੇ, ਉਹਨਾਂ ਵਿੱਚ ਕੀ ਗੱਲ ਚੱਲ ਰਹੀ ਹੈ, ਕੀ ਚਰਚਾ ਹੋ ਰਹੀ ਹੈ, ਕੀ ਮੁੱਦੇ ਹਨ? ਸੋ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਜੋ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਅਤੇ ਸਿਆਣਾ ਆਖਦੇ ਨੇ, ਉਹ ਡਿਬੇਟ TV ਚੈਨਲਾਂ 'ਤੇ ਕਰਦੇ ਨੇ, ਪਰ ਅਸੀਂ ਪਿੰਡਾਂ ਤੋਂ ਆਏ ਹਾਂ ਔਰ ਇੱਥੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦਾ ਅਸਲ ਵੋਟਰ ਕੀ ਸੋਚ ਰਿਹਾ ਅਤੇ ਕੀ ਮੰਗ ਰਿਹਾ। ਅਸੀਂ ਸ਼ੁਰੂ ਕਰਦੇ ਹਾਂ ਇੱਥੋਂ ਦੇ ਸਰਪੰਚ ਬੀਬੀ ਜੀ। ਸਤਿ ਸ਼੍ਰੀ ਅਕਾਲ। ਕਿੰਨੀ ਦੇਰ ਹੋ ਗਈ ਸਰਪੰਚ ਬਣੇ? ਬਹੁਤ ਚੰਗਾ ਲੱਗ ਰਿਹਾ ਹੈ। ਤੁਹਾਨੂੰ ਸਰਕਾਰ ਕੋਲੋਂ ਪੈਸੇ ਆਏ, ਜੋ ਤੁਸੀਂ ਗ੍ਰਾਂਟਾਂ ਮੰਗੀਆਂ ਸਭ ਕੁਛ ਮਿਲਿਆ? ਹਾਂਜੀ, ਸਭ ਕੁਛ ਮਿਲ ਰਿਹਾ। ਚਲੋ, ਇੱਥੇ ਸਾਰੇ ਪਿੰਡ ਵਾਲੇ ਬੈਠੇ ਅਤੇ ਸਰਪੰਚ ਜੀ ਕਹਿੰਦੇ ਕਿ ਬਹੁਤ ਵਧੀਆ ਪਿੰਡ ਚੱਲ ਰਿਹਾ, ਕੋਈ ਦਿੱਕਤ ਨਹੀਂ ਹੈ, ਸਾਰੇ ਗ੍ਰਾਂਟਾਂ ਆ ਰਹੀਆਂ, ਤੁਸੀਂ ਕੀ ਕਹਿੰਦੇ ਹੋ? ਬੇਟੇ ਮੈਨੂੰ ਮਾਣ ਹੈ ਵੀ ਮੈਂ ਸਪੋਕਸਮੈਨ ਦਾ ਉਦੋਂ ਤੋਂ ਪਾਠਕ ਹਾਂ ਜਦੋਂ ਤੋਂ ਇਹ ਮੰਥਲੀ ਚੱਲਦਾ ਸੀ। ਆਪਣੇ ਪਰਿਵਾਰ ਬਾਰੇ ਅਤੇ ਸਰਦਾਰ ਜੀ ਬਾਰੇ ਬੜਾ ਧੰਨਵਾਦੀ ਮੈਂ ਉਹਨਾਂ ਦਾ। ਅਤੇ ਸਮੱਸਿਆ ਸਾਨੂੰ ਇਹ ਆਉਂਦੀ ਆ, ਜਦੋਂ ਮੇਰਾ ਹੁਣ ਪੇਪਰ ਮੇਰੇ 'ਤੇ ਪੜ੍ਹਦੀ ਹੁੰਦੀ ਹੈ ਘੱਟ ਗਈ ਸਾਲ ਤੋਂ, ਇੱਥੇ ਜਿਹੜੇ ਮੋਨੋਪਲੀ ਸਿਸਟਮ ਹੈ ਨਾ, ਜਿਹੜੇ ਏਜੰਸੀਆਂ ਲੈਂਦੇ ਨੇ ਪੇਪਰ ਦੀਆਂ, ਉਹ ਇਹਨੂੰ ਅਖਬਾਰ ਨੂੰ ਬਹੁਤ ਪਿੱਛੇ ਛੱਡਣਾ ਚਾਹੁੰਦੇ ਨੇ। ਜਿਹੜਾ ਇੱਥੇ ਮੁੱਖ ਬੰਦਾ ਹੈ ਏਜੰਸੀ ਵਾਲਾ, ਉਹ BJP ਦਾ ਕਾਰਕੁਨ ਹੈ। ਕੋਈ ਗੱਲ ਉੱਤੇ ਬਾਅਦ ਜਾਵਾਂਗੇ। ਪਿੰਡ ਦੀ ਸਮੱਸਿਆ 'ਤੇ, ਪਿੰਡ ਦੀ ਸਮੱਸਿਆ ਬਹੁਤ ਵਧੀਆ ਚੱਲ ਰਿਹਾ ਜੀ। ਜੋ ਸਰਪੰਚ ਪਹਿਲਾਂ ਵੀ ਆਏ ਨੇ ਉਹ ਵੀ ਠੀਕ ਚੱਲੇ ਨੇ, ਹੁਣ ਵੀ ਬਹੁਤ ਸੋਹਣੀ ਸਫਾਈ ਸਫੂਈ ਦਾ
जिन्हें भी कम आते पिंड के बहुत वधिया ढंग नाल पिंड के जिहड़े मोहतबर बंदे ने उह कराउंदे ने। सो पिंड विच किसी नूं दिक्कत नहीं है, सब खुश ने कारगुजारी तो कांग्रेस सरकार तो खुश ने, तो यही चाहोगे अगली बारी फिर कांग्रेस सरकार आए? कच्चे मकान के पैसे नहीं आ रहे, कई फार्म भरे हुए ने कोई पैसा नहीं, नहीं जी होर कोई दिक्कत नहीं सानू हैगी, बस आई दिक्कत है। साडा पिंड जी बहुत वधिया, भी अपनी सहमति हुंदी आ, कोई इत्थे लड़ाई झगड़ा नहीं हुंदा, कोई अपने फाइलां नहीं बनिया हुई पुलिस राही, भी सारा कुछ ठीक आ। हुण गरीबां दी इही मंग आ भी साडे पैसे माफ़ हो जाण, साडे माई भाग वाले पैसे लए हुए ने, होर सानूं कोई दिक्कत नहीं, पिंड च बहुत वधिया पिंड आ साडा। इत्थे बिजली दी कोई दिक्कत नहीं है? कोई दिक्कत नहीं हैगी, साडे सरदार धीर सिंह सरदार तीगजात अपने सैलर वाले उन्होंने बहुत वधिया अपने 24 घंटे की लाइट बनवाई आ, बहुत वधिया उन्होंने भी सरपंची बहुत वधिया की, सहमति नाले हुंदी आ साडे, जिहड़े जो भी कुछ हुंदा सहमति नाले हुंदा। सो तो तुहाडे लोकां दा की कहना हैगा भी इत्थे सब कुछ वधिया चल रहा? पिंड लैवल ते सारी जिहड़ी साडी पंचायत रल के बनाई जांदी आ ते बहुत वधिया पिंड दी कारगुजारी चलदी आ, पर जे आपां पंजाब लैवल ते हल्के लैवल दी गल करिए तां जो कांग्रेस दे वादे सीगे उन्हां चों मेरे ख्याल नाल कांग्रेस एक भी पूरा नहीं कर सकी, जिस ते उह हर स्तर ते फेल हुई है, चाहे वह नशे दे मुद्दे ने या एजुकेशन दा जिहड़ा लैवल है वह चक्कण तो भी फेल रही है सर। इत्थे क्या गया कि पंजाब दे सरकारी स्कूलां नूं देश दे अव्वलां विच गिणिया गया है कि इन्ना सुधार आया है, स्मार्ट स्कूल बने, तुहाडे पिंड दा की हाल है? साडे पिंड दा जिहड़ा स्कूल है वह वैसे तो बाकी मेरे ख्याल नाल पिंडां नालों काफ़ी हद तक वधिया, पर जे तुसी पंजाब लैवल दे स्कूलां दी गल करांगे आपां तां आपां चंगी तरह जाणदे आ कि सिर्फ लीपा पोथी करके उस तो बाद चों उस स्कूलां नूं नंबर एक दा दर्जा दित्ता गया। पिंड दी गल करिए, पिंड दा स्कूल वधिया हैगा? हांजी, साडे पिंड दा बच्चे इत्थों पढ़ के आईलेट्स ते सेंटर विच जांदे अंग्रेजी सिखण कि अंग्रेजी इहनां नूं वैसे आ जांदी है? नहीं, इह जिहड़ा साडे पिंड लैवल दा जिहड़ा पद्धरी लैवल रहि गया ना उह असीं साडियां सरकारां चक्कण तों फेल ने, बच्चे साडा स्कूल वधिया, साडी जिहड़ी एजुकेशन सिस्टम ठीक है, पर इस लैवल दी नहीं हैगी कि बच्चे इंग्लिश सीख के सीधा इत्थों बाहर जा सकन, कि अपने लैवल ते अपने पैरां ते खड़े हो सकन। पिंडां दी जिहड़ी एजुकेशन स्कूलां दी सरकारी दी है उह सिर्फ उहनां नूं पिंडां तक ही सीमित रखदी है। अज असीं गल करिए जिहड़े सर्वेज कहिंदे कि पंजाब दा सब तों वड्डा मुद्दा बिजली दा हैगा, सो इस पिंड विच बिजली आउंदी है जिहड़ी खेती लई पाणी लई ट्यूबवैल चलाउण लई बिजली आउंदी हैगी है? हाँ जी, बिजली दी सप्लाई ठीक है? पूरी जी, पूरी ठीक है जी, पूरी ठीक है। हाँ जी, ਤੁਹਾਡੀ ਵੀ ਠੀਕ? ਹਾਂ ਜੀ ਹਾਂ, 24 ਰੱਬ ਦੇਣ ਵਾਲਾ ਹੈ, ਰੱਬ ਦੇਣ ਵਾਲਾ, ਬੰਦਾ ਕੋਈ ਨਹੀਂ ਦਿੰਦਾ, ਬਿਲਕੁਲ ਉਹ ਸੱਚੇ ਪਾਤਸ਼ਾਹ ਦੇ। ਇਸ ਵਾਰ ਜਿਹੜੀ ਬਿਜਲੀ ਦੀ ਸਪਲਾਈ ਹੈ ਉਹਦੇ 'ਚ ਦਿੱਕਤਾਂ ਆਈਆਂ, ਚਾਹੇ ਥਰਮਲ ਪਲਾਂਟ ਉਹਨਾਂ ਦਾ ਕੋਈ ਕੋਲਾ ਮੁੱਕਿਆ ਜਾਂ ਕੀ ਹੋਇਆ, ਵੈਸੇ ਰੈਗੂਲਰ ਆਉਂਦੀ ਹੈ, ਜਿਵੇਂ ਪਿੰਡ ਦੀ ਸਪਲਾਈ ਹੈ ਸਾਡੇ 24 ਘੰਟੇ, ਇਹ ਕਦੇ ਹੀ ਕੱਟ ਲੱਗਦਾ, ਪਰ ਜਿਹੜੀ ਖੇਤਾਂ ਦੀ ਹੈ ਸਪਲਾਈ ਉਹਦੇ 'ਤੇ ਅਕਸਰ ਕੱਟ ਲੱਗਦੇ ਨੇ, ਅਤੇ ਉਹ ਜਿਵੇਂ ਪਹਿਲਾਂ 8 ਘੰਟੇ ਪੂਰੀ ਆਉਂਦੀ ਸੀ ਲਾਈਟ, ਉਹ 8 ਘੰਟੇ ਲਗਾਤਾਰ ਨਹੀਂ ਆਉਂਦੀ, ਟੁੱਟ ਟੁੱਟ ਕੇ ਲਾਈਟ ਆਉਂਦੀ ਹੈ, ਇਹ ਪ੍ਰੋਬਲਮ ਹੈ ਪਿੰਡਾਂ ਦੇ ਵਿੱਚ। ਇਹ ਪਿੰਡ ਵੋਟ ਕਰਨ ਜਾਏਗਾ ਉਹ ਕਿਹੜੇ ਮੁੱਦੇ 'ਤੇ ਵੋਟ ਕਰਨ ਜਾਏਗਾ, ਬਿਜਲੀ 'ਤੇ, ਨਸ਼ੇ 'ਤੇ? ਮੈਂ ਤੁਹਾਨੂੰ ਦੱਸਦਾ, ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ, ਚਾਹੇ ਅਕਾਲੀ ਦਲ ਆਇਆ ਚਾਹੇ ਕਾਂਗਰਸ ਆਈ, ਸਾਨੂੰ ਉਹਨਾਂ ਨੇ ਭੜਕਾਇਆ ਧਰਮ ਦੇ ਨਾਂ ਉੱਤੇ, ਜਾਂ ਬਿਜਲੀ ਮਾਫ ਤੁਹਾਡੀ 24 200 ਯੂਨਿਟ 400 ਯੂਨਿਟ 300 ਯੂਨਿਟ ਸਾ ਉਹ ਇਹ ਮਾਫ਼ ਕਰ ਦਿੰਦੇ ਨੇ, ਪਰ ਉਹਨੇ ਸਾਡੇ ਟੈਕਸ ਲੱਗੀ ਜਾਂਦੇ। ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਜਦੋਂ ਸਿਲੰਡਰ 'ਚ 500 ਰੁਪਏ ਦਾ ਸੀ, ਅੱਜ 900 ਦਾ ਹੋ ਗਿਆ। ਸਾਡੇ ਜਿਹੜਾ ਧਿਆਨ ਭੜਕਾਉਣ ਵਾਸਤੇ ਉਹ ਧਰਮ ਦਾ ਨਾਂ ਉੱਤੇ ਜਾਂ ਹੋਰ ਸਾਨੂੰ ਇੱਧਰ ਉੱਧਰ ਲਿਜਾ ਕੇ ਉਹ ਸਾਡਾ ਸੱਤਿਆਨਾਸ਼ ਕਰੀ ਜਾਂਦੇ। ਨਸ਼ੇ ਪੰਜਾਬ ਦੇ ਵਿੱਚ ਦਿਨੋਂ ਦਿਨ ਵੱਧ ਰਹੇ ਨੇ। ਅੱਜ ਅਸੀਂ ਸਾਡੇ ਪਿੰਡ 'ਚ ਅਸੀਂ ਮੈਂ ਤੁਹਾਨੂੰ ਹੋਰ ਦੱਸਦਾ, ਸਾਡਾ ਪਿੰਡ 1983 ਤੋਂ ਬਾਅਦ ਕਦੇ ਇਲੈਕਸ਼ਨ ਨਹੀਂ ਹੋਈ, ਸਾਡਾ ਪਿੰਡ ਇੱਕ ਹੈ, ਅਕਾਲੀ ਕਾਂਗਰਸੀ ਦੂਏ ਤੀਏ ਸਭ ਹੋਣਗੇ ਵਿੱਚ, ਪਰ ਸਾਡਾ ਪਿੰਡ ਆਪਣੇ ਲੈਵਲ 'ਤੇ ਇੱਕ ਹੈ, ਸਾਰਾ ਭਾਈਚਾਰਾ ਸਾਡਾ, ਅਸੀਂ ਸਭ ਇੱਕ ਦੂਜੇ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ, ਜੇ ਕੋਈ ਕਰਾਹੇ ਪਿਆ ਵੀ ਕਦੇ ਤਾਂ ਉਹਨੂੰ ਸਮਝਾ ਕੇ ਅਸੀਂ ਮੋੜਿਆ, ਸਾਡੇ ਪਿੰਡ ਨਸ਼ਿਆਂ ਤੋਂ ਰਹਿਤ। ਅੱਜ ਤੋਂ ਰਹਿਤ ਇਹ ਪਿੰਡ, ਇੱਥੇ ਕਿਸੇ ਦਾ ਨਸ਼ਾ ਨਹੀਂ ਵਿਕਦਾ? ਬੀਬੀਆਂ ਸੱਚ ਬੋਲਦੀਆਂ, ਬੰਦੇ ਛੁਪਾ ਜਾਂਦੇ ਆ ਮੈਨੂੰ, ਮੈਂ ਅਕਸਰ ਦੇਖਿਆ। ਤੋ ਬੀਬੀਆਂ ਦੱਸ ਦਿਓ ਨਸ਼ਾ ਕਿੰਨਾ ਹੈ, ਸ਼ਰਾਬ ਕਿੰਨੀ ਪੀਂਦੇ ਆ, ਰਾਤੀ ਘਰ ਆ ਕੇ ਕਿੰਨਾ ਰੌਲਾ ਪਾਉਂਦੇ, ਸੱਚੀ ਦੱਸਿਓ। ਮਾੜੀ ਮੋਟੀ ਪੀਂਦੇ ਨੇ,
ज्यादा नहीं, कंट्रोल च है, तकलीफ नहीं है, पक्का कोई झूठ नहीं बोल रहा थे। साढ़े तो बिल्कुल ही नहीं पीते है, वाहिगुरु की बड़ी कृपा हुई है कि सारे ही सूफी है पिंड च, जिहड़े पींदे हैं थोड़ी पींदे हैं, पर यह नहीं है कि हुण पहलां लगी जिहड़ी खलारा नहीं पाते हैं। सो नशे की कोई तुहानूं तुसीं बोलोगे कोई इत्थे ज़्यादा नहीं, नशे की कोई प्रॉब्लम नहीं गी। हाँ जी, सो असीं तो बड़े चंगे पिंड आए लगते हैं। कर्जा माफ़ी भी होई किसी किसान की इत्थे? कर्जा 585 रुपये मेरी हुई है जी, साडी स्टडी की कर्जा माफ़ी हुई है, किसी भी पंजाब मेरा ख्याल नहीं हुई। बहुत जो सरकार ने कांग्रेस ने वायदे करे सी भी चाहे आड़ती है दा, चाहे किसी कमर्शियल बैंक का या कोऑपरेटिव का, असी माफ करांगे। इन्होंने 2 लाख तक के कर्जे माफ करे ने, वो होए ने, सिर्फ सोसाइटियां होए ने, वो भी कुछ रह गए बंदे, वो पता नहीं किमें रह गए बिचो होए ने, कर्जा माफी थोड़ी हुई है, थोड़ी हुई है। जो तुसी जो नौजवान इत्थे बैठे ने, तुसी वोट पाउण जाओगे किहड़े मुद्दे ते पाओगे? सो जो इत्थे कोई दिक्कत है, बिजली भी आ रही है, कईआं दी कर्जा माफ़ी भी होई है, सरकारी स्कूल भी चंगा है, सो तुसी किस मुद्दे तो वोट, बिकॉज जब मैं पूछा कांग्रेस सरकार नू नहीं पाओगे कि नहीं, तुसी सारे ने आवाज़ मारी सी नहीं पावांगे, नहीं पावांगे, इत्थों आवाज़ आई सी ना, क्यों, उहदा कारण की है? हाँ जी, उत्थे आंदी है, दसो भी कारण की है। दोनों सरकारां नू काफ़ी देख लिया, उही झूठे वादे उही गल्लां। की चेंज आओगे? मैम चेंज इन द सेंस के डिवेलपमेंट यूथ दे लई कुछ ना कुछ, के उही ला रहे ना हुण सारा यूथ बाहर जा रहा है जी, इत्थे पिंडां दे लोकल लैवल ते छोटे लैवल ते तरक्की होवे, आईलेट्स दा खर्चा चुकांगे, ओ फिर उही देखो ना, उहनां नूं पता है कि आईलेट्स दा पोल्यूशन चल रहा है, कि बाहर बच्चे जाणगे, उहनां दी जिन्नी इत्थों जाऊगी यूथ जाऊगा उहनां दी लाइबिलिटी घटूगी मैम, उहनां नूं क्वेश्चन कौन करेगा सरकारां नूं, ये गल है, बस चेंज देखांगे मैम जिहड़ा हैगा इस वारी कोई ना कोई, बाकी कैंडीडेट जिहड़ा वधिया होऊगा देखो जी उहनूं। सो कैंडीडेट ते पाओगे या शख्सियत जिसते नाम ते पार्टी खड़ी होएगी, बिकॉज अज हर पार्टी में लड़ाई चल रही है भी केड़ा बंदा लीडर होएगा, सो तुसी लीडर नू वोट पाओगे कि अपने लोकल कैंडीडेट दे सिते पाओगे? मैम इत्थे लेवल ते तां असीं लोकल कैंडीडेट देख के वोट पावांगे जी। हाँ जी, हाँ जी, नौजवान जिहड़े बोले से असीं कांग्रेस नू वोट नहीं पानी, सरकार बदलना चाहते हो, की कारण है? क्योंकि वह कोई कर्जा माफ नहीं किया जी उन्होंने, हुण इह तां कोई कोई इक अद्धे बंदे दा कीता, जद तां नहीं किसे दा कीता, इक नशा बहुत वध रहा जी, नशे पहला डांग फिर नहीं जी, एक बार आया थी जीप वाला दारू बेचन, डंडा फिर गया मुड़ के नहीं दिखा इतने। अच्छा, तो पिंड इकट्ठा होके चुकन्ना रहिंदा है? होके चुकन्ना रहिंदा जी। मैं कुछ पिंड के सारे काम करते हैं जिहड़े यूथ, जिदा है सारे खेतीबाड़ी का या जॉब्स ते ने है ने, तो इसलिए कोई क्योंकि वेला हुंदा कोई ना कोई, तो फिर कंपनी उदा की होंगी है, इतने सारा यूथ है जिहड़ा मुंडे खुंडे सारे ही ठीक ने जी, सारे आपो अपना काम करते हैं, मेहनती ने, तो उन्होंने टाइम ही नहीं मिलता जी इस चीज़ के लिए। यह जिहड़ा कल भी 17वां मेरे ख्याल नौकरी मेला लगे, कभी किसी ने अपलाई किया इतों नौकरी मेले में, किसी ने रोज़गार मेले में? नौकरियां तो लारे लप्पे ने जी, बंदे रखे होंगे ने जिहड़े प्राइवेट, ट्राई तो की करता जी, प्राइवेट नौकरी कर रहे हैं, पर जिहड़े मंगते ने भी आ इत्थे आ हम रखांगे उत्थे रखे, उत्थे तो बंदे पहले पहले रखे होंगे ने, इहदा विच तक लारे लप्पे ट्राई कीता तां दसो। हां ट्राई, हां जी, मैं आ रही, मैं आ रही हां, अज 3 साल पहला असीं अपलाई करया थी बड़ी दफ्तर च, उत्थे नौकरियां देन आई थी जी, वह नौकरियां थी ब्यूटी पार्लर, ठीक है जी, ब्यूटी पार्लर बंदे कर सकते ने नहीं, फिर जी ताजी नौकरियां ने उत्थे, फिर सानू इत भी फोन नहीं आया, तेने फोन तरह दे तुस नहीं आया, तुसी की पढ़ाई कीती हुई है? मैं 8th पास हाँ, बस 8वीं दा 37 बिल आया थी, मैं बिजली दा काम करदा, इलेक्ट्रीशियन दा, हाँ खेतीबाड़ी भी करदा मैं, दिहाड़ी उत्ते दिहाड़ीपुर च खेत हैगे ना, ने जमीन इत्थे दिहाड़ी ते, कोई कर्जा है तुहाडे सिर ते? कोई कर्जा नहीं जी, तुस नहीं देना, अपने देना ही देना नहीं, हाँ जी, त्यों दी तां सानू त्यों ही बहुत पौनी असीं ने साडे पिंड जी, तां रस्सियां दी ठीक है जी, सब ना पुराने तात्या रणजीत सिंह नाल पहचानती, उन्होंने बीबी पूरी हुई आ, उन्होंने दादी उन्हें भुगत नहीं, ताता रणदीप आया 5 साल हो गए, 10 साल ताता रणदीप ने हरी पुर नहीं पढ़िया जिद काका रणदीप ने वोट पाई है, पर कभी इस पिंड नहीं आए, नहीं जी, पर ग्रांट तो आँदी मैडम, तुम ग्रांट आँदी है, तुम इन्हों के नाल तो आप काम करते, पिछों काम करा दे,
मैं ही कराउना जी कम इन्हां जो सरपंच होने तुसी क्यों यही कर देने मैं तो सहयोग कर दें तुसी जवाब भी नहीं दे रहे उन्हां नू ना मैं इत्थे कहने तो फिर की होया सरपंच तो वो है ना नहीं असी जोड़े नू वोट पाई सी तुसी के बीबी नू पाई सी असी वोट तो पाई होई साडा बीबी नू चुनिया सी कि जोड़े नू चुनिया सी नहीं मैंने बीबी दी कुर्सी है ना ते बीबी नू करन दो काम नहीं हाँ जी तुसी की कहंदे हो उत्थे बारे असी तो कुछ नहीं कहंदे खुश हो तुसी किन्ने किन्ने उम्र तुहाडी उम्र तो होगी 65 साल उदो दा पंजाब ते अज दा पंजाब की फर्क है फर्क तो कुछ नहीं उस दे नाम सगो डुबिया पंजाब डुबिया बिल्कुल की डुबे की खत्म ही करता खत्म ए दसो अच्छा किन्ने कीता गवर्नमेंटा ने सरकारा किन्ने बनाईया सरकारा बनाउंदी ता असी अपने फायदे लई बनाउंदे आ पर वो बेईमान हो जांदे ने ਤੁਹਾਡੇ ਵਰਗੇ ਹੀ ਅਫਸਰ ਕੁਰਸੀ 'ਤੇ ਬੈਠੇ ਫਿਰ ਜਾਂਦੇ ਨੇ ਨਹੀਂ ਸਹੀ ਗੱਲ ਕਹਿੰਦੇ ਹਾਂ ਅਸੀਂ ਅਸੀਂ ਜਾਵਾਂਗੇ ਕੰਮ ਕਰਾਉਣ ਤਾਂ ਉਹਨਾਂ ਨੇ ਹੋਰ ਨਹੀਂ ਕੋਈ 10 ਦਿਨ ਦਾ ਸਾਨੂੰ ਲਾਰਾ ਹੀ ਲਾ ਦੇਣਾ ਇੱਥੇ ਕਹਿੰਦੇ ਜਿਹੜੇ ਇੱਥੇ ਦੇ MLA ਹੈ ਕਦੀ ਪਿੰਡ ਨਹੀਂ ਆਏ ਪਰ ਉਹਨੂੰ ਤੁਸੀਂ ਲਗਾਤਾਰ 2 ਵਾਰੀ ਚੁਣਿਆ ਚੁਣ ਕੇ ਕਰਾਂਗੇ ਕੀ ਹੁਣ ਤਾਂ ਸ਼ੀਸ਼ੇ 'ਤੇ ਹੀ ਉਹ ਦੀਂਦਾ ਹੁਣ ਤਾਂ ਅਸੀਂ ਦੇਖਦੇ ਹਾਂ ਇਹਨੂੰ ਆਪਣੇ ਜੀ ਜਿਹੜਾ ਨਵਾਂ ਉੱਠਿਆ ਇੱਕ ਉਹਨੂੰ ਦੇਖਦੇ ਹਾਂ ਹੁਣ ਅਸੀਂ ਵੀ ਜੇ ਕੁਛ ਸਾਡੇ ਪੱਲੇ ਪਊਗਾ ਨਵਜੋਤ ਸਿੱਧੂ ਨੂੰ ਹਾਂ ਜੀ ਨਾ ਕੇਜਰੀਵਾਲ ਨੂੰ ਅੱਛਾ ਕੇਜਰੀਵਾਲ ਨੂੰ ਵੇਖ ਹਾਂਜੀ ਹਾਂਜੀ ਸੋ ਪੰਜਾਬ ਕੇਜਰੀਵਾਲ ਨੂੰ ਵੋਟ ਪਾਣਾ ਚਾਹੁੰਦਾ ਹੈ ਹਾਂਜੀ ਇਹ ਕੋਈ ਜ਼ਰੂਰੀ ਨਹੀਂ ਕੋਈ ਠੱਪਾ ਨਹੀਂ ਕਿਸੇ ਦਾ ਲੱਗਾ ਕਿਹੜਾ ਕਿਹਨੂੰ ਪਾਊਗਾ ਕਿਹੜਾ ਕਿਹਨੂੰ ਨਹੀਂ ਪਾਊਗਾ ਹਰ ਆਪਣੀ 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 ਸੋਚਣੀ ਹੈ ਪਰ ਗੱਲ ਕਰ ਰਹੇ ਨੌਜਵਾਨ ਇੱਥੇ ਬੈਠੇ ਹੈ ਤੁਸੀਂ ਜੇ ਇੱਕ ਪਾਸੇ ਪੰਜਾਬ ਦੇ ਹੈਗੇ ਜਿਹੜੇ ਤੁਹਾਨੂੰ ਪਾਰਟੀ ਪਤਾ ਅਕਾਲੀ ਦਲ ਤੋਂ ਕੌਣ ਆਏਗਾ ਕਾਂਗਰਸ ਤੋਂ ਸ਼ਾਇਦ 2-3 ਚਿਹਰੇ ਨੇ ਔਰ ਇੱਕ ਪਾਸੇ ਆਪ ਪਾਰਟੀ ਹੈ ਜਿਹਦਾ ਚਿਹਰਾ ਕੇਜਰੀਵਾਲ ਦੇ ਨਾਲ ਕੋਈ ਹੋਰ ਖੜਾ ਹੋਏਗਾ ਕੇਜਰੀਵਾਲ ਤੇ ਵਿਸ਼ਵਾਸ ਕਰਦੇ ਹੋ ਬਿਲਕੁਲ ਹਾਂਜੀ ਆ ਰਹੀ ਹੈ ਹਾਂਜੀ ਹਾਂ ਕਰਦੇ ਹੋ ਕਰਦੇ ਹਾਂ ਤੁਸੀਂ ਕੀ ਕਹਿੰਦੇ ਹਾਂਜੀ ਬਿਲਕੁਲ ਕਰਦੇ ਹਾਂ ਜੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਦਿੱਲੀ ਦੇ ਵਿੱਚ ਉਹ ਸਾਡੇ ਸਾਰੇ ਲੋਕ ਦੇਖ ਚੁੱਕੇ ਨੇ ਸਾਡੀਆਂ ਜਿਹੜੀਆਂ ਲੋਕਲ ਗਵਰਨਮੈਂਟਸ ਨੇ ਪੰਜਾਬ ਦੀਆਂ ਉਹ ਲਗਾਤਾਰ ਫੇਲ ਰਹੀਆਂ ਨੇ ਅਸੀਂ ਇਹਨਾਂ ਤੋਂ ਐਕਸਪੈਕਟ ਕਰਕੇ ਵਾਰ ਵਾਰ ਇਹਨਾਂ ਨੂੰ ਚੁਣਿਆ ਝੂਠੇ ਵੱਡੇ ਵੱਡੇ ਜਿਹੜੇ ਵਾਅਦੇ ਸੀਗੇ ਇਹਨਾਂ ਦੇ ਉਹਨਾਂ ਦੇ ਉੱਪਰ ਇਹਨਾਂ ਨੂੰ ਚੁਣਿਆ ਸੀ ਅਸੀਂ ਵਿਸ਼ਵਾਸ ਦਿਖਾਇਆ ਸੀ ਕਿ ਇਹ ਸਰਕਾਰਾਂ ਹਜੇ ਵੀ ਪੰਜਾਬ ਦਾ ਕੁਝ ਭਲਾ ਕਰ ਜਾਣਗੀਆਂ ਪਰ ਜਿੱਥੇ ਤੱਕ ਹੁਣ ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਉਹ ਨਸ਼ਿਆਂ ਦੇ ਵਿੱਚ ਉੱਜੜ ਚੁੱਕੀ ਹੈ ਜਿਹੜੀ ਬਾਕੀ ਸਾਰਾ ਸਿਸਟਮ ਹੈ ਉਹ ਕਰਜ਼ੇ 'ਚ ਡੁੱਬ ਚੁੱਕਿਆ ਕਿਸਾਨ ਉਹ ਪਰੇਸ਼ਾਨ ਹੈ ਪੰਜਾਬ ਦਾ ਅੱਜ ਇੱਕ ਵੀ ਤੁਸੀਂ ਅਦਾਰਾ ਇਹੋ ਜਿਹਾ ਦਿਖਾ ਦਿਓ ਜਿਹੜਾ ਹੜਤਾਲ 'ਤੇ ਧਰਨਿਆਂ 'ਤੇ ਨਹੀਂ ਬੈਠਾ ਹੈਗਾ ਪਰ ਇਹ ਤਾਂ ਹਰ ਸਾਲ ਹਰ 5 ਸਾਲਾਂ ਬਾਅਦ ਹੁੰਦਾ ਹੈ ਚੋਣਾਂ ਤੋਂ ਪਹਿਲੇ ਸਭ ਹੜਤਾਲ 'ਤੇ ਬੈਠ ਜਾਂਦੇ ਕਿ ਜਿਹਦੀ ਕਿਸਮਤ ਚੰਗੀ ਲੱਗੀ ਉਹ ਪੱਕਾ ਹੋ ਜਾਏਗਾ ਬਿਲਕੁਲ ਜੀ ਗੱਲ ਇਹ ਹੈ ਕਿ ਜੇ ਸਾਡੀਆਂ ਸਰਕਾਰਾਂ ਜੋ ਕਹਿੰਦੀਆਂ ਨੇ 119 ਵਾਅਦੇ ਸੀ ਕਾਂਗਰਸ ਸਰਕਾਰ ਦੇ ਜਿਹਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਕਰ ਸਕੇ ਅਤੇ ਉਸ ਤੋਂ ਬਾਅਦ 'ਚੋਂ ਕੈਪਟਨ ਸੋਨੀਆ ਗਾਂਧੀ ਕੋਲ ਜਾਂਦੇ ਨੇ ਅਤੇ ਕਹਿੰਦੇ ਨੇ ਸਾਡੇ ਪੰਜਾਬ ਦੇ ਸਿਰਫ 17 ਮੁੱਦੇ ਨੇ ਉਸ ਤੋਂ ਬਾਅਦ 'ਚੋਂ ਨਵਜੋਤ ਸਿੱਧੂ ਆਉਂਦੇ ਨੇ ਉਹ ਕਹਿੰਦੇ ਨੇ ਪੰਜਾਬ ਦੇ ਮੁੱਦੇ ਹੀ ਅਹਿਮ 5 ਨੇ ਤੁਸੀਂ ਦੇਖੋ ਸਾਡੇ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਇਆ ਜਾਂਦਾ 119 ਤੋਂ 5 'ਤੇ ਲਿਆ ਕੇ ਉਹ ਤੋਂ ਬਾਅਦ 'ਚੋਂ ਠੱਗਿਆ ਜਾਂਦਾ ਫਿਰ ਵਾਰ ਵਾਰ ਧੋਖਾ ਦਿੱਤਾ ਜਾਂਦਾ ਅਸੀਂ ਇਸ ਚੀਜ਼ ਤੋਂ ਅੱਕ ਕੇ ਇਸ ਵਾਰ ਇੱਕ ਨਵੀਂ ਸਰਕਾਰ ਅਤੇ ਨਵੇਂ ਜਿਹੜੇ ਆਉਣਗੇ ਲੋਕ ਉਹਨਾਂ ਦੇ ਵੱਲ ਮੂੰਹ ਕਰਾਂਗੇ ਬੀਬੀਆਂ ਕੀ ਕਹਿੰਦੀਆਂ ਇਹਦੇ ਬਾਰੇ ਮਕਾਨ ਦੇ ਪੈਸੇ ਚਲੋ ਆ ਜਾਂਦੇ ਆ ਤੁਹਾਨੂੰ ਹਾਂ ਇਸ ਮਹੀਨੇ ਆ ਜਾਂਦੇ ਫਿਰ ਮੈਡਮ ਹੁਣ ਅਸੀਂ ਇਹ ਚਾਹੁੰਦੇ ਹਾਂ ਅਸੀਂ 70 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਸਾਡੇ ਬਜ਼ੁਰਗਾਂ ਨੇ ਵੋਟਾਂ ਪਾਈਆਂ ਨੇ ਹੁਣ ਅਸੀਂ ਬਦਲਾਓ ਚਾਹੁੰਦੇ ਹਾਂ ਅਸੀਂ ਤਾਂ ਹਾਂ ਨਵੀਂ ਪੀੜ੍ਹੀ 'ਚ ਪਾਉਣ ਬਦਲ ਚਾਹੁੰਦੇ ਅਸੀਂ ਨਵੀਂ ਪੀੜ੍ਹੀ 'ਚ ਪਾਵਾਂਗੇ ਨਵੀਂ ਪੀੜ੍ਹੀ ਕਿਹਨੂੰ ਮੰਨਦੇ ਹੋ ਅਸੀਂ ਮੰਨਦੇ ਹਾਂ ਬਸ ਸਾਡੇ ਜਿੱਥੇ ਜਵਾਕ ਖੜਨੇ ਅਸੀਂ ਹਾਂ ਅਸੀਂ ਕਿ ਨੌਜਵਾਨ ਜੋ ਕਹਿਣਗੇ ਉਹ ਕਰਨਾ ਹਾਂ ਉਹ ਕਰਨਾ ਨਵੀਂ ਪਾਰਟੀ ਅਸੀਂ ਦੇਖਣਾ ਚਾਹੁੰਦੇ ਇੱਕ ਵਾਰ ਅਸੀਂ 70 ਸਾਲ ਦੇਖ ਲਏ ਅਸੀਂ ਬਦਲਾਵਾ ਕਰਨਾ ਹੁਣ ਇਸ ਵਾਰ ਪਾਰਟੀਆਂ ਦਾ ਬਦਲਾਵਾ ਕਰਨਾ ਅੱਛਾ ਜੇ ਸੰਯੁਕਤ ਕਿਸਾਨ ਮੋਰਚਾ ਆਪਣੀ ਪਾਰਟੀ ਬਣਾਉਂਦਾ ਜੇ ਰਾਜੇਵਾਲ ਜੀ ਜੇ ਡਾਕਟਰ ਦਰਸ਼ਨ ਉਗਰਾਹਾਂ ਜੀ ਚੋਣ ਮੈਦਾਨ ਚਾਹੁੰਦੇ ਹੈ ਉਹਨਾਂ ਨੂੰ ਕੌਣ ਵੋਟ ਪਾਏਗਾ ਅਸੀਂ ਪਾਵਾਂਗੇ ਕਿਉਂਕਿ
ਵੀ ਜਦੋਂ ਕਹਿੰਦੇ ਅਸੀਂ ਚੋਣਾਂ 'ਚ ਆ ਰਹੇ ਤਾਂ ਲੋਕ ਲੜ ਪੈਂਦੇ ਨੇ ਉਹਨਾਂ ਨਾਲ, ਤੁਸੀਂ ਪਾਓਗੇ ਕਿਸਾਨ ਆਗੂਆਂ ਨੂੰ ਵੋਟ? ਸੋ ਜੇ ਕਿਸਾਨ ਆਗੂ ਹੋਣ ਤੇ ਆਪ ਹੋਏ ਫਿਰ ਕਿਹਨੂੰ ਵੋਟ ਪਏਗੀ? ਬਿਲਕੁਲ ਕਿਸਾਨ ਆਗੂਆਂ ਨੂੰ। ਸੋ ਇਹ ਕੀ ਜਿਹੜੀ ਰਵਾਇਤੀ ਪਾਰਟੀਆਂ ਸਾਡੇ ਕੋਲ ਹੈਗੀਆਂ ਅਕਾਲੀ ਦਲ ਤੇ ਕਾਂਗਰਸ, ਉਹਨਾਂ ਨੂੰ ਵੋਟ ਨਹੀਂ ਪੈਣੀ? ਨਿਲ ਕਰਾਂਗੇ ਜੀ, ਨਿਲ ਕਰਾਂਗੇ, ਬਿਲਕੁਲ ਨਿਲ ਕਰਾਂਗੇ। ਉੱਧਰ ਸਾਰੇ ਕਹਿੰਦੇ ਕਿ ਜਿੱਥੇ ਨੌਜਵਾਨ ਕਹਿਣਗੇ ਅਸੀਂ ਉੱਥੇ ਚੱਲਾਂਗੇ, ਤੇ ਨੌਜਵਾਨ ਬਦਲਾਵ ਚਾਹੁੰਦੇ, ਤੁਸੀਂ ਕੀ ਚਾਹੁੰਦੇ ਹੋ? ਅਸੀਂ ਵੀ ਬਦਲਾਵ ਚਾਹੁੰਦੇ ਹਾਂ ਜੀ। ਹਾਂਜੀ, ਅਸੀਂ ਮਹਿੰਗਾਈ ਦਾ ਕਾਰਨ ਦੇਖੋ, ਸਰਕਾਰੀ ਸਕੂਲਾਂ 'ਚ ਉਵੇਂ ਸਹੂਲਤਾਂ ਨਹੀਂ ਹੈਗੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਮਹਿੰਗਾਈ ਦੇਖੋ, ਸਿਲੰਡਰ ਦੀ ਕੀਮਤ ਦੇਖੋ ਕਿੰਨੀ ਹੈ ਬੀਬੀਆਂ ਵਾਸਤੇ, ਅਤੇ ਹੋਰ ਕਿੰਨੇ ਵਾਅਦੇ ਕਰ ਕਰਕੇ ਕੋਈ ਪੂਰੇ ਨਹੀਂ ਕਰ ਰਹੇ ਹੈਗੇ, ਅਤੇ ਸੂਏ ਦਾ ਦੇਖੋ ਪਾਣੀ ਦੀ ਕਿੰਨੀ ਪ੍ਰੋਬਲਮ ਹੈ, ਪਾਣੀ ਵਾਸਤੇ ਮਤਲਬ ਕਿੰਨੀ ਬੱਚਤ ਚਾਹੁੰਦੇ ਹੈ, ਪੱਕੇ ਹੋਣੇ ਚਾਹੀਦੇ ਨੇ ਜਿਹੜੇ ਕਿ ਕਿੰਨੇ 50 ਸਾਲ ਹੋ ਗਏ ਸਾਨੂੰ ਸਰਪੰਚ, ਉਹ ਕਹਿੰਦੇ ਗ੍ਰਾਂਟਸ ਆ ਰਹੀਆਂ ਨੇ ਅਤੇ ਫਿਰ ਉਹ 50 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ, ਮਤਲਬ ਇਹਨਾਂ ਨੂੰ ਸੂਏ ਨੂੰ ਦੇਖਦਿਆਂ ਨੂੰ। ਇਹ ਸਰਪੰਚ ਦਾ ਕੰਮ ਨਹੀਂ ਹੁੰਦਾ ਸੂਏ ਸਾਫ਼ ਕਰਾਉਣਾ ਜਾਂ ਪੱਕੇ? ਇਹ ਸਰਕਾਰੀ ਹੋਣਗੇ ਜੀ, ਸਰਕਾਰੀ ਹੋਣਗੇ, ਸਰਕਾਰ ਦਾ ਇੱਥੇ ਸਰਪੰਚ ਲੈਵਲ 'ਤੇ ਕੰਮ ਹੁੰਦਾ, ਬਾਕੀ ਨਹੀਂ ਹੁੰਦਾ। ਹਾਂਜੀ ਉਹੀ ਗੱਲ ਕਰਦੇ ਹਾਂ ਵੀ ਮਤਲਬ ਦੇਖੋ ਬਹੁਤ ਪਿੱਛੇ ਆ, ਮਤਲਬ ਆਮ ਪਿੰਡਾਂ ਨਾਲੋਂ ਜਿੱਥੇ ਵੱਧ ਵਿਚਾਰਿਆਂ ਦੇ ਹਾਲਾਤ ਮਾੜੇ ਨੇ, ਉਹਨਾਂ ਨਾਲੋਂ ਚੰਗੇ ਵੀ ਹੈਗੇ ਆ, ਪਰ ਹਲੇ ਬਹੁਤ ਕਮੀਆਂ ਨੇ ਜਿਹੜੀਆਂ ਕਿ ਹਲੇ ਬਹੁਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਇਹ ਬੱਚੇ ਸਰਕਾਰੀ ਸਕੂਲ ਤੁਹਾਡੇ ਕੀ ਸਾਡੇ ਕੀ? ਮੈਮ ਐਕਚੁਲੀ ਮੈਨੂੰ ਨਾ ਪਿੱਛੇ ਸਰਕਾਰੀ ਸਕੂਲ 'ਚ ਹੁਣੇ ਆਪਣੇ ਗਵਰਨਮੈਂਟ ਸਕੂਲ ਹੈ, ਮੈਨੂੰ ਜਾਣ ਦਾ ਮੌਕਾ ਮਿਲਿਆ ਤਾਂ ਸਕੂਲ ਦੇ ਵਿੱਚ ਆਲਮੋਸਟ 55 to 60 ਸਟੂਡੈਂਟਸ ਨੇ, ਬਟ ਉੱਥੇ ਟੀਚਰ ਸਿਰਫ 2 ਨੇ। ਤਾਂ ਗੱਲ ਇਹ ਆ ਵੀ ਬਰਡਨ ਲਾਈਕ ਟੀਚਰ ਰੇਸ਼ੋ ਹੈ, ਜਿਹੜੀ ਟੀਚਰ ਸਟੂਡੈਂਟ ਰੇਸ਼ੋ ਆ, ਇੱਕ ਤਾਂ ਉਹ ਜ਼ਰੂਰ ਫੋਲੋ ਹੋਣੀ ਚਾਹੀਦੀ ਆ। ਦੂਜੀ ਗੱਲ ਹੈ ਵੀ ਗਵਰਨਮੈਂਟ ਜੋ ਸਾਡਾ ਇੱਕ ਪੁਰਾਣਾ ਜ਼ਰੂਰ ਚੇਂਜ ਹੋਇਆ, ਕਿਉਂਕਿ ਯੂਥ ਅੱਜ ਕੱਲ੍ਹ ਪੜ ਗਿਆ, ਜਿਵੇਂ ਪਹਿਲਾਂ ਸਾਡੇ ਦਾਦਾ ਦਾਦੀ ਕਹਿੰਦੇ ਸੀਗੇ ਵੀ ਅਸੀਂ ਅਕਾਲੀ ਹਾਂ ਤਾਂ ਅਕਾਲੀਆਂ ਨੂੰ ਹੀ ਵੋਟ ਪੈਣੀ ਚਾਹੀਦੀ ਆ, ਫਿਰ ਜਿਵੇਂ ਕੋਈ ਵੀ ਅਗਰ ਕਾਂਗਰਸੀ ਆ ਤਾਂ ਇੱਕ, ਹਾਂ ਯੂਥ ਦੇ ਵਿੱਚ ਇਹ ਚੇਂਜ ਜ਼ਰੂਰ ਆਇਆ, ਅਸੀਂ ਇੱਕ ਆਪਣੇ ਇਸ਼ੂਜ਼ ਦੇਖਦੇ ਹਾਂ ਐਕਚੁਲੀ ਜੋ ਅੱਜ ਦੇ ਹੈਗੇ ਨੇ। ਔਰ ਸਭ ਤੋਂ ਵੱਡਾ ਜੋ ਪੰਜਾਬ ਦਾ ਹੈਗਾ ਜਿਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਦੈਟ ਇਜ਼ ਅਨਇੰਪਲੋਇਮੈਂਟ, ਜੋ ਇੱਕ ਤੁਸੀਂ ਕਿਹਾ ਇੱਕ ਪਾਰਟੀ ਨੇ ਕਿਹਾ ਕਿ ਜੀ ਅਸੀਂ ਆਇਲਟਸ ਫ੍ਰੀ ਕਰਾਵਾਂਗੇ, ਉਹ ਪ੍ਰੋਬਲਮ ਤਾਂ ਸੋਲਿਊਸ਼ਨ ਨਹੀਂ ਹੈਗਾ। ਸੋ ਸਾਡੇ ਤਾਂ ਇੱਥੇ ਬਜ਼ੁਰਗ ਬਚ ਜਾਣਗੇ, ਤਾਂ ਜੋ ਸਾਡਾ ਹੈਗਾ ਨਾ ਕੋਈ ਕੰਪੀਟੀਸ਼ਨ ਹੋਊਗਾ, ਈਵਨ ਸਟਰੋਂਗ ਔਰ ਹੈਲਦੀ ਕੰਪੀਟੀਸ਼ਨ ਹੋਣਾ ਬਹੁਤ ਜ਼ਰੂਰੀ ਆ। ਸੋ ਜੇ ਸਟੂਡੈਂਟਸ ਇੱਥੇ ਰਹਿਣਗੇ ਤਾਂ ਈਵਨ ਹੋਣਾ ਚਾਹੀਦਾ, ਹੁਣ ਰੋਜ਼ਗਾਰ ਮੇਲਾ ਲਗਾਇਆ ਇਹਨਾਂ ਨੇ, ਕੱਲ੍ਹ ਹੀ ਲਗਾਇਆ ਤੁਸੀਂ ਕਿਹਾ, ਉਹ ਰੋਜ਼ਗਾਰ ਮੇਲੇ ਦਾ ਲਾਈਕ ਫਾਇਦਾ ਕੀ ਹੈ? 7500 ਰੁਪਿਆ ਤੁਹਾਡੀ ਪਰਚੇਜ਼ਿੰਗ ਪਾਵਰ ਕੀ ਹੈ ਇੰਡੀਅਨ ਰੂਪੀ ਦੀ? ਅਗਰ ਆਪਾਂ ਦੇਖੀਏ 7500 ਰੁਪਏ 'ਚ ਕਿਸੇ ਦਾ ਘਰ ਨਹੀਂ ਚੱਲਦਾ। ਸੋ 7500 ਤੋਂ ਲੈ ਕੇ 8000 ਕਿਸੇ ਨੂੰ ਬਿਊਟੀ ਪਾਰਲਰ ਦਾ, ਕਿਸੇ ਨੂੰ ਉਹ ਤਾਂ ਅਸੀਂ ਖੁਦ ਵੀ ਮਤਲਬ ਕੋਈ ਵੀ ਬੱਚਾ ਪੜ੍ਹ ਕੇ ਅਗਰ MA ਕਰਕੇ ਕਿਸੇ ਨੂੰ, ਨੈੱਟ ਕਰਕੇ ਅਗਰ ਇਹ ਚੀਜ਼ਾਂ ਮਿਲ ਰਹੀਆਂ ਨੇ, ਗਵਰਨਮੈਂਟ ਕਾਲਜਿਸ ਖਾਲੀ ਪਏ ਨੇ ਉੱਥੇ ਇੰਨਾ, ਠੀਕ ਹੈ ਮੈਂ ਪੰਜਾਬ ਲੈਵਲ ਦੀ ਗੱਲ ਕਰ ਰਹੀ ਹਾਂ, ਪਿੰਡ ਦੀ ਨਹੀਂ, ਪਿੰਡ ਦੀ, ਬਟ ਮੈਂ ਉਹੀ ਗੱਲ ਕੀਤੀ ਆ, ਸਕੂਲ ਤੋਂ ਸਟਾਰਟ ਕਰੀ ਸੀ। ਸੋ ਬਹੁਤ ਸਾਰੇ ਇਸ਼ੂਜ਼ ਨੇ, ਹੁਣ ਗੱਲ ਹੈ ਵੀ ਯੂਥ ਨੂੰ ਜਾਗਣਾ ਪੈਣਾ, ਅਵੇਅਰਨੈਸ ਜ਼ਰੂਰ ਆ ਬੱਚਿਆਂ 'ਚ, ਪਰ ਉਹੀ ਗੱਲ ਹੈ ਕਿ ਬੱਚਿਆਂ ਨੂੰ ਪੇਰੈਂਟਸ ਵੀ ਇਹ ਨਾ ਬਹੁਤ ਸ਼ਾਰਟ ਟਰਮ ਸੋਚ ਰਹੇ ਨੇ ਕਿ ਬਾਹਰ ਚਲੇ ਜਾਓ ਆਪਾਂ ਅਗਲੀ ਪੀੜ੍ਹੀ ਦਾ ਕੀ ਲੈਣਾ। ਸੋ ਉਸ ਚੀਜ਼ 'ਤੇ ਮੇਨ ਹੈ, ਵਾਧਾ ਨਹੀਂ ਆਏਗਾ ਉਹਦੇ ਵਿੱਚ, ਬਿਲਕੁਲ ਵਾਧਾ ਨਹੀਂ ਆਏਗਾ। ਮੈਂ ਤਾਂ ਸਭ ਤੋਂ ਜ਼ਿਆਦਾ ਆਈ ਥਿੰਕ ਪ੍ਰੋਬਲਮ ਮਹਿੰਗਾਈ ਦੀ ਹੈ ਇਸ ਟਾਈਮ। ਹਾਂਜੀ ਹਾਂ, ਬਿਕੋਜ਼ ਸਿਲੰਡਰ ਦੇ ਰੇਟ ਇੰਨੇ ਹੋ ਗਏ, ਇੱਕ ਅਨਇੰਪਲੋਇਮੈਂਟ ਸਭ ਤੋਂ ਵੱਡੀ ਇਸ਼ੂ ਹੈ, ਅਤੇ ਮੈਨੂੰ ਐਂ ਲੱਗਦਾ ਹੈ ਕਿ ਇੱਕ ਨੋਰਮਲ ਹਿਊਮਨ ਬੀਂਗ ਲਈ, ਇੰਨਾ ਇਨਸਾਨ ਲਈ, ਪਿੰਡਾਂ ਵਾਲਿਆਂ ਲਈ ਇੰਨਾ ਕਰਨਾ ਪੋਸੀਬਲ ਨਹੀਂ ਗਾ। ਅਤੇ ਸਿਲੰਡਰ ਦਾ ਇਸ਼ੂ ਹੈਗਾ ਉਹ ਤਾਂ ਕੇਂਦਰ ਵੱਲੋਂ ਆਉਂਦਾ ਹੈਗਾ, ਪੈਟਰੋਲ ਦਾ ਇਸ਼ੂ ਸੀ ਕਹਿ ਲਈ, ਹਾਂਜੀ ਚਾਹੇ ਕੇਂਦਰ ਵੱਲੋਂ ਹੈ, ਲਿਮਿਟਿਡ ਹੈ ਉਹ, ਨਹੀਂ ਨਹੀਂ ਤਾਂ ਮੈਮ ਹੁਣ ਸਟੇਟ ਔਰ ਸੈਂਟਰ ਦੀ ਦੋਵਾਂ ਦੀ ਹੈ ਨਾ, GST ਨੂੰ ਅਸੀਂ ਉਹ ਚੀਜ਼ ਲੁਕੋ ਲੈਂਦੇ ਨਾ, ਅਸੀਂ ਸੈਂਟਰ ਦਾ ਕਰ ਦਿੰਦੇ ਹਾਂ, ਸਟੇਟ ਦਾ ਹਿੱਸਾ ਹੈ ਬਿਲਕੁਲ, ਹਰ ਚੀਜ਼ ਤੇ ਹੈਗਾ, ਫਿਰ ਉਹ ਪਾਵਰ ਫਿਰ ਉਹ ਕਿੱਥੋਂ ਆਏਗੀ? ਨਹੀਂ ਪਰਚੇਜ਼ਿੰਗ ਪਾਵਰ ਗੱਲ ਹੈ ਸਾਡੀ ਤਾਂ ਗਵਰਨਮੈਂਟ ਲਈ ਆ, ਚਾਹੇ BJP ਹੈ ਚਾਹੇ ਕੋਈ ਵੀ ਹੈ, ਲਾਈਕ ਗੱਲ ਅਸੀਂ ਕਰ ਰਹੇ ਹਾਂ ਕਿ ਆਪ ਨੇ, ਅਸੀਂ ਆਪ ਲਈ, ਦੇਖੋ ਮੇਰੀ ਗੱਲ ਹੈ ਚਾਹੇ ਕਿਸਾਨ ਆਗੂ ਹੈ ਚਾਹੇ ਆਪ ਹੈ, ਮੇਰੀ ਪ੍ਰਾਇਰਟੀ ਆਪ ਨੂੰ ਜਾਊਗੀ। ਉਹਦਾ ਰੀਜ਼ਨ ਇਹ ਆ ਕਿਉਂਕਿ ਅਸੀਂ ਆਪ ਨੂੰ ਦਿੱਲੀ 'ਚ ਦੇਖਿਆ, ਕਿਉਂਕਿ ਮੈਂ ਬਹੁਤ ਦਿੱਲੀ ਗਈ ਹਾਂ ਇਹਨੂੰ PhD ਦੇ ਸਿਲਸਿਲੇ 'ਚ, ਉੱਥੇ ਮੈਂ ਸਕੂਲਸ ਦੇਖੇ ਨੇ, ਸਾਡੇ ਇੱਥੇ ਸਕੂਲਸ ਦੇ ਵਿੱਚ ਸਿਰਫ ਰੰਗ ਕਰਨ ਨੂੰ ਐਜੂਕੇਸ਼ਨ ਦਾ ਦਾਇਰਾ ਨਹੀਂ ਉੱਪਰ ਹੋ ਜਾਂਦਾ, ਰੰਗ ਕਰਨ ਨਾਲ ਜਾਂ ਸਿਰਫ ਤੁਸੀਂ ਬਾਹਰੋਂ ਸਕੂਲਸ ਚਮਕਾਤੇ, ਕੁਆਲਿਟੀ ਮੈਟਰਸ ਨੋਟ ਕੁਆਂਟਿਟੀ ਔਰ ਯੂ ਨੋ ਵਾਈਟ ਵਾਸ਼। ਸੋ ਉਹਨਾਂ ਚੀਜ਼ਾਂ 'ਤੇ ਆ, ਮੇਰਾ ਟੀਚਰਸ ਹੀ ਨਹੀਂ ਹੈਗੀਆਂ ਔਰ ਟੀਚਰਸ ਦਾ ਲੈਵਲ, ਦੇਰ ਆਰ ਓਨਲੀ 2 ਟੀਚਰਸ, 50-60 ਬੱਚਿਆਂ ਨੂੰ ਜੇ ਸਿਰਫ 2 ਟੀਚਰਸ ਪੜ੍ਹਾ ਰਹੇ ਹੋ, ਕਿੰਨੇ ਬੱਚਿਆਂ 'ਤੇ ਕਿੰਨਾ ਕੰਸਨਟਰੇਟ ਕਰ ਪਾ ਰਹੇ ਨੇ? ਪੇਰੈਂਟਸ ਕੋਲ ਜਿਹੜੇ ਵਰਕਿੰਗ ਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਕਿ ਆਪਣੇ ਬੱਚਿਆਂ ਨੂੰ ਦੇ ਰਹੇ ਨੇ ਕਿ ਦੇ ਪਾਉਣਗੇ, ਹੈ ਨਾ। ਜਿਹੜਾ ਟੀਚਰ ਨੇ ਇੱਕ ਵਾਰੀ ਦੱਸ ਦੇਣਾ ਹੈ ਬੱਚੇ ਨੂੰ, ਸ਼ਾਇਦ ਬਹੁਤ ਬੱਚੇ ਐਵੇਂ ਉਹਨਾਂ ਨੂੰ ਘਰ ਜਾ ਕੇ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ। ਜੇ ਸਾਡੀ ਐਜੂਕੇਸ਼ਨ ਹੀ ਵਧੀਆ ਨਹੀਂ ਹੈਗੀ, ਅਸੀਂ ਡਿਵੈਲਪਮੈਂਟ ਸੋਚ ਕਿੱਥੇ ਸਕਦੇ ਹਾਂ? ਇੱਥੇ ਕੁਝ
किसानी अंदोलन दे लई पहला तो आवाज़ एक करके चलते हैं। इतों जाते हैं नौजवान किसानी अंदोलन ते? बिल्कुल जी, साढ़े पिंड का बहुत अहम योगदान रहा किसानी अंदोलन दे विच। जद भी सानू किसानी जिहड़े आगू ने उन्होंने किसी भी तरह की कॉल दिती है, साडा पिंड उत्थे खरा उतर के पहली बार साढ़े पिंड तो 22 ट्रैक्टर गए ने। उस तो बाद चो असी लगातार उत्थे जाके हाजरी लवाउंदे आए रहे हैं। ਸਾਡੇ ਅਮਲੋਹ ਹਲਕੇ ਤੋਂ ਕਣਕ ਇਕੱਠੀ ਹੋ ਕੇ ਵੀ ਗਈ ਹੈ ਉੱਥੇ ਲਈ। ਸੋ ਹਰ ਪਾਰਟ ਦੇ ਅਸੀਂ ਵਿੱਚ ਜਿਹੜਾ ਭਾਗ ਲਿਆ। ਅਮਲੋਹ ਹਲਕੇ ਦੇ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਨਸ਼ਿਆਂ ਨੂੰ ਖਤਮ ਕਰਨਾ ਤਾਂ ਸਾਡੀਆਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਨੌਜਵਾਨਾਂ ਨੂੰ ਸਪੋਰਟਸ ਦੇ ਉੱਪਰ ਲੈ ਕੇ ਜਾਣ। ਅਸੀਂ ਅਮਲੋਹ ਹਲਕੇ ਦੇ ਲਈ ਮੰਗ ਕਰਾਂਗੇ ਕਿ ਇੱਥੇ ਇੱਕ ਸਟੇਡੀਅਮਸ ਬਣਾਏ ਜਾਣ। ਜਿਹੜਾ ਐਗਰੀਕਲਚਰ ਨੂੰ ਜੇ ਅਸੀਂ ਚੇਂਜ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਪ੍ਰੋਸੈਸਿੰਗ ਪਲਾਂਟਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਘੱਟੋ ਘੱਟ 10 ਪਿੰਡਾਂ ਦੇ ਉੱਪਰ ਇੱਕ ਪ੍ਰੋਸੈਸਿੰਗ ਪਲਾਂਟ ਲਾਇਆ ਜਾਵੇ ਤਾਂ ਜੋ ਉਹਦੀ ਫਿਰ ਖੇਤੀ ਉਸ ਲੈਵਲ 'ਤੇ ਕਰਾ ਕੇ ਉਹਦਾ ਸਤਰ ਚੱਕਿਆ ਜਾਵੇ। ਨਾਲੇ ਇਨਕਮ ਵਧੂਗੀ, ਨਾਲੇ ਬਿਜ਼ਨਸ ਹੋਊਗਾ। ਜਿਹੜਾ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਪਿੰਡਾਂ ਵਿੱਚ ਕੋਈ ਸਿਆਸਤਦਾਨ ਜਾਂਦਾ ਉਹਦੇ ਨਾਲ ਬੜਾ ਮਾੜਾ ਹੋ ਰਿਹਾ, ਅਕਾਲੀ ਦਲ ਦੀਆਂ ਰੈਲੀਆਂ ਨਹੀਂ ਹੋਣ ਦੇ ਰਹੇ। ਸੋ ਇੱਥੇ ਕੀ ਸਿਆਸਤਦਾਨ ਆ ਸਕਦੇ ਨੇ ਕਿ ਨਹੀਂ ਆ ਸਕਦੇ? ਨਹੀਂ, ਆਉਣ 'ਤੇ ਰੋਕ ਕੋਈ ਹੈ ਨਹੀਂ ਜੀ। ਬੋਤਲਾਂ ਸ਼ਰਾਬ ਪੁਰਾਣੀ ਧੁੱਕ ਕਰਦੀ ਲੋਟੂ ਢਾਣੀ, ਉਹ ਕੰਮ ਇਹਨਾਂ ਲੋਕਾਂ ਦਾ ਕੋਈ ਸਾਨੂੰ ਸਿਆਸਤਦਾਨ? ਦੇਖੋ ਸਾਡੇ ਸਿਆਸਤਦਾਨ ਇਹੀ ਵੱਡੇ ਨੇ, ਉਹ ਬਜ਼ੁਰਗ ਬੈਠੇ ਨੇ, ਉਹ ਪੜ੍ਹੇ ਲਿਖੇ ਮੁੰਡੇ ਬੈਠੇ ਨੇ ਜੀ, ਸਾਰਾ ਠੀਕ ਹੈ ਬਸ। ਮਤਲਬ ਹੁਣ ਫੈਸਲਾ ਹੋ ਚੁੱਕਾ ਕਿ ਵੋਟ ਕਿੱਦਾਂ ਨੂੰ ਜਾਣੀ ਹੈ? ਅਜੇ ਪੱਤੇ ਨਹੀਂ ਖੋਲਦਾ ਕੋਈ ਵੀ, ਨਿਮਰ ਤਾਂ ਤੈਨੂੰ ਪਤਾ ਪੁੱਤ ਹੈ ਨਾ। ਨਹੀਂ ਪਰ ਜੇ ਤੁਸੀਂ ਸਿਆਸਤਦਾਨ ਨੂੰ ਆਉਣ ਨੂੰ ਰੋਕ ਰਹੇ ਹੋ, ਕਹਿ ਰਹੇ ਹੋ ਸਾਨੂੰ ਇੱਥੇ ਰੋਕਦੇ ਨਹੀਂ, ਅਸੀਂ ਸਮਝ ਚਾਹੁੰਦੇ ਨਹੀਂ ਹੈਗੇ, ਚਾਹੁੰਦੇ ਨਹੀਂ ਹੈਗੇ, ਹੋ ਸਕਦਾ ਰੋਕੀਏ ਵੀ। ਮਤਲਬ ਤੁਸੀਂ ਆਪਣਾ ਮੈਨੀਫੈਸਟੋ ਕੱਢ ਲਓ, ਆਪੇ ਪੜ੍ਹ ਲਾਂਗੇ, ਆਪੇ ਵੋਟ ਪਾ ਦਾਂਗੇ। ਕੋਈ ਮੇਰੇ ਘਰ ਬੱਚਾ ਅਨਪੜ੍ਹ ਨਹੀਂ, ਕੋਈ ਬੇਵਕੂਫ ਨਹੀਂ ਹੈ। ਕਿੰਨਾ ਕੁ ਚਿਰ ਸਦਾਈ ਬਣੀ ਜਾਵਾਂਗੇ ਅਸੀਂ? ਸਾਡੇ ਬਾਪ ਦਾਦੇ ਪਾਗਲ ਬਣਾ ਲਏ ਲੋਕਾਂ ਨੇ, ਸਿਆਸੀ ਲੋਕਾਂ ਨੇ ਇਹਨਾਂ ਨੇ, ਠੀਕ ਹੈ। ਵੱਧ ਤੋਂ ਵੱਧ ਅਸੀਂ ਕੀ ਪੋਸਟ 'ਤੇ ਗਏ? ਉਹ ਚਾਚਾ ਜੀ ਬੈਠੇ ਪ੍ਰਿੰਸੀਪਲ ਨੇ, ਠੀਕ ਹੈ। ਨਹੀਂ ਅਤੇ ਕੀ ਸਾਡਾ ਕੀ ਭਲਾ ਕੀ ਹੋਇਆ ਅੱਜ ਥਾਈ? ਚਾਹੇ ਕੋਈ BJP ਵਾਲਾ ਆਇਆ, ਚਾਹੇ ਅਕਾਲੀ ਦਲ ਆਇਆ, ਚਾਹੇ ਕਾਂਗਰਸ ਆਇਆ, ਇੱਕ ਆਉਂ ਛੁਣਕਣਾ ਜਾਂ ਹੋਰ ਖੜਕਦਾ, ਸਮਝ ਗਈ? ਤੈਨੂੰ ਇਹ ਵੀ ਪਤਾ ਵੀ ਕੀ ਟੀਮ ਉਹ? ਮੈਂ ਤੈਨੂੰ ਦੱਸਣ ਦੀ ਵੀ ਲੋੜ ਨਹੀਂ, ਜਗਿੰਦਰ ਸਿੰਘ ਦੀ ਬੇਟੀ ਹੈ ਨਾ ਇਹਨੂੰ। ਵਾਹ, ਠੀਕ ਆ ਫਿਰ। ਮੰਨਦੇ ਹੋ ਕੀ ਕਹਿੰਦੇ ਪਏ ਨੇ? ਕੀ ਕਹਿੰਦੇ ਹੋ? ਸਾਰੇ ਚੋਣ ਮੈਨੀਫੈਸਟੋ ਨੂੰ ਧਿਆਨ ਨਾਲ ਪੜ੍ਹੋਗੇ? ਕਿਸਾਨ ਜਿਹੜੇ 3 ਕਾਲੇ ਕਾਨੂੰਨ ਕਹਿੰਦੇ ਆਏ ਸੀ, ਪੜ੍ਹੇ ਕਿਸੇ ਨੇ? ਸਮਝੇ? ਪੜ੍ਹੇ ਸੀ ਮੈਨੀਫੈਸਟੋ ਨੂੰ? ਉਹਨੇ ਤਿਆਰ ਨਾ ਪੜ੍ਹੋਗੇ? ਮੈਨੀਫੈਸਟੋ ਤਾਂ ਅਸੀਂ ਪੜ੍ਹ ਲਾਂਗੇ, ਉਹਨੂੰ ਪੂਰੇ ਕੌਣ ਕਰੂ? ਮੈਨੀਫੈਸਟੋ ਅਸੀਂ ਪੜ੍ਹ ਲਾਂਗੇ, ਪੜ੍ਹਦੇ ਹਾਂ, ਪੜ੍ਹਦੇ ਆਏ ਹਾਂ, ਪਰ ਉਹਦੇ 'ਚ ਤਾਂ ਬਹੁਤ ਕੁਛ, ਜਾਂ ਤਾਂ ਇਹ ਕਾਨੂੰਨ ਬਣਾ ਦਿੱਤਾ ਜਾਵੇ ਜਿਹੜਾ ਚੋਣ ਮੈਨੀਫੈਸਟੋ ਪੂਰਾ ਨਹੀਂ ਕਰੂਗਾ, ਉਹ ਇਲੈਕਸ਼ਨ ਨਹੀਂ ਲੜ ਸਕੂਗਾ। ਉਹਨਾਂ ਨੂੰ ਪੜ੍ਹ ਕੇ ਕੀ ਕਰਾਂਗੇ? ਉਹ ਤਾਂ ਇੱਕ ਸਬ ਜਵਾਬ। ਦਿੱਲੀ ਵਿੱਚ ਇੱਕ ਵਾਰੀ ਨਵਾਂ ਟ੍ਰੈਂਡ ਸ਼ੁਰੂ ਹੋਇਆ ਸੀ ਰਿਪੋਰਟ ਕਾਰਡ ਦਾ, ਰਿਪੋਰਟ ਕਾਰਡ ਮੰਗੇ ਹੋਏ ਕਿਸ ਤੋਂ? ਨਹੀਂ, ਰਿਪੋਰਟ ਕਾਰਡ ਕੋਈ ਨਹੀਂ ਕਿਸੇ ਨੂੰ ਮੰਗਿਆ। ਨਹੀਂ, ਦਿੱਲੀ ਵਿੱਚ ਸਿਆਸਤਦਾਨ ਨੇ ਆਪਣਾ ਰਿਪੋਰਟ ਕਾਰਡ ਦਿੱਤਾ ਸੀ ਜਾ ਕੇ ਵੋਟ ਲੈਣ ਤੋਂ ਪਹਿਲੇ, ਦਿਖਾਇਆ ਸੀ ਐਮ ਇੱਥੇ ਰਿਪੋਰਟ ਕਾਰਡ। ਯੂ ਥਿੰਕ ਕਿਸੇ ਨੇ ਨਹੀਂ ਦਿਖਾਇਆ, ਨਾ ਕਿਸੇ ਨੇ ਮੰਗਿਆ? ਪਰ ਜੇ ਰਿਪੋਰਟ ਕਾਰਡ ਲੈ ਕੇ ਆਉਂਦੇ ਹੈ? ਸਾਨੂੰ ਤਾਂ ਇਹ ਨਾ ਸਿਆਸੀ ਬੰਦਿਆਂ ਨੇ ਸ਼ਰਾਬ ਚਿੜ ਜਾ ਲਿਆ, ਬੋਤਲਾਂ ਵੰਡ ਦੇਣੀਆਂ ਨੇ ਇੱਕ ਦਿਨ ਪਹਿਲਾਂ, ਅਸੀਂ 100 ਰੁਪਏ ਦੀ ਬੋਤਲ 'ਤੇ ਵਿਕ ਜਾਂਦੇ ਹਾਂ। ਸਾਨੂੰ ਤਾਂ ਇੱਥੇ ਖੜਾਤਾ ਲਿਆ ਕੇ ਇੱਕ ਬੋਤਲ ਘਰ 'ਚ ਟੰਡੇ ਦੀ ਦੇ ਦੇਣੀ ਹੈ, ਇੱਕ ਸ਼ਰਾਬ ਦੇ। ਮੈਂ ਕੈਪਟਨ ਕਮਲਜੀਤ ਸਿੰਘ ਦਾ ਪੋਲੀਟੀਕਲ ਸੈਕਟਰੀ ਰਿਹਾ, ਲਾਲੜੂ ਹਲਕਾ ਡੇਰਾ ਬਸੀ ਜੀਰਕਪੁਰ ਮੈਂ ਇੰਚਾਰਜ ਸੀ। ਇੱਕ ਇਲੈਕਸ਼ਨ ਦੇ ਵਿੱਚ ਮੈਨੂੰ ਕੈਪਟਨ ਸਾਹਿਬ ਕਹਿਣ ਲੱਗੇ ਵੀ ਸ਼ਰਾਬ ਮਾਈ ਜੇ ਸ਼ਰਾਬ ਵੰਡਣੀ ਆ, ਮੈਂ ਚੱਲਿਆ। ਅਸੀਂ ਸ਼ਰਾਬ ਨਹੀਂ ਵੰਡੀ, ਪਰ ਜਦੋਂ ਲਾਲੜੂ ਮੈਂ ਗਿਆ ਦਫ਼ਤਰਾਂ ਦੇ ਵਿੱਚ ਚੈਕਿੰਗ ਕਰਨ, ਉਹ ਜੀ ਕਾਂਗਰਸ ਵਾਲਿਆਂ ਤਾਂ ਇਲੈਕਸ਼ਨ ਸ਼ਰਾਬ ਵੰਡਣੀ ਸ਼ੁਰੂ ਕਰਤੀ। ਮੈਂ ਵੀ ਅਸੀਂ ਨਹੀਂ ਵੰਡਦੇ। ਇੱਕ ਬੰਦੇ ਨੇ ਉੱਥੇ ਕਿਹਾ, ਕਹਿੰਦਾ ਕੋਈ ਸ਼ਰਮ ਕਰੋ, ਆਪਾਂ ਪਿੰਡ ਗਿਆ ਨੂੰ ਫੰਡ ਦਿੰਦੇ ਹਾਂ, ਤੁਸੀਂ ਉਹੀ ਫੰਡ ਰੱਖ ਲਿਆ ਕਰੋ, ਇਹਨਾਂ ਤੋਂ ਕਿਉਂ ਮੰਗਦੇ ਹੋ? ਨਹੀਂ, ਸਾਰੇ ਲੋਕ ਸਾਨੂੰ ਇੰਨਾ ਕੁ ਇਹਨਾਂ ਨੇ ਉਲਝਾ ਦਿੱਤਾ ਨਸ਼ਿਆਂ ਪਾਸੇ ਲਾ ਕੇ। ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡੇ ਲੀਡਰ ਦੀ ਡਿੱਗੀ ਦੇ ਵਿੱਚ ਮੈਂ ਸ਼ਰਾਬ ਦੇਖੀ ਹੈ ਬਣਦਾ ਇਲੈਕਸ਼ਨ ਦੇ ਵਿੱਚ, ਨਾ ਨਹੀਂ ਮੈਂ ਲਊਂਗਾ। ਸੋ ਇਹ ਜਿੰਨਾ ਚਿਰ ਸਾਡੀ ਆਪਦੀ ਜ਼ਮੀਰ ਨਹੀਂ ਜਾਗਦੀ, ਅਸੀਂ ਆਪ ਨਹੀਂ ਇਹਨਾਂ ਨੂੰ ਕਹਿੰਦੇ ਵੀ ਮੈਂ ਕਈ ਵਾਰ ਆਪਣੇ ਪਿੰਡ 'ਚ ਰੋਕਿਆ ਵੀ ਸਾਡੇ ਪਿੰਡ ਸ਼ਰਾਬ ਨਾ ਵੰਡਿਓ, ਪਰ ਦੇ ਜਾਂਦੇ ਨੇ ਫਿਰ ਰਾਤ ਬਰਾਤੇ। ਪਰ ਫਿਰ ਅਸ ਜਿਹੜੀ ਵੋਟ ਜਿਹਨੇ ਵੋਟ ਪਾਣੀ ਉਹ ਲੈਂਦਾ ਵੀ ਹੈ ਨਾ ਬਰਾਬਰ ਦੇ ਜਾਂਦੇ ਨੇ, ਪਰ ਹੁਣ ਕੀ ਕਰਿਆ ਜਾਵੇ? ਚੱਲ ਕੀ ਹੋਏਗਾ? ਤੁਹਾਨੂੰ ਲੱਗਦਾ ਕਿ ਐਤਕੀ ਸਾਡਾ ਪਿੰਡ ਬਹੁਤ ਜਾਗਰੂਕ ਹੈ?
मैं नहीं समझता भी शायद ऐतकी ये कोई आके इस तरह की कोई गुस्ताखी साढ़े पिंड कर जूगा क्योंकि बनेंगे बस बात है दारू का असं बनते हैं असि जो आगू बैठे वर्कर पार्टियां बहरले लुट के लगे अरब रुपये इकट्ठा करके लगे मैं केसरीवाल बंद नहीं देखे है सारे बंदे ओबजर्वर बाहरले सी ता ही आम पार्टी फेल हुई पिछली बारी ऐतकी देखो की करते हैं सो गल जिथे खत्म होंदी है सो इत्थे नौजवान जे तुहानू आया ट्रक शराब का 100 रुपए की बोतल दे वोट पाओगे कि ना करोगे शराब जब वोटा पैनिया जब सोचा दे साधी तमन्ना भाई सानू सामलात साधे पिंड तो ही नहीं है जी इत भी सामलात नहीं 35 साल वो वोटा पैदा सरकार ने सोचा असी सानू 2 तीले जमीन ठीक है चाहिए आ सामलात ठीक है सानू 2 तीले दे दो हरिपुर के असी जिंदगी अज ही बना देंगे साधे पिंड ना दारू ना नशा तू ही नशा नहीं ठीक है जी साधे पिंड जिम नहीं है जी तुस नहीं है सानू सरकार ने की दिता सानू दे देन असी जिंदगी बना दें हरिपुर नौ चलूगा हरिपुर का ठीक है जी सो जरा अस गल कर रहे तो शराब नशा कोई गड्डी आएगी आज नौजवानों को घुमा के जाओगे कि रुकोगे कि वोट सोच के पाओगे सो यही असी देख रहे हैं पिंड पिंड एक जी जागरूकता जाग रही हैगी है लोग जाग रहे ने लोग सवाल पूछेंगे तो अज जेड़े भी सियासतदान वोट मंगन जाएंगे पिंड पिंड यही हाल नज़र आएगा तो असी स्पोक्समैन की सच जारी रखांगे चोणा तक डिबेट तो कमरे च बैठ के नहीं करांगे इत्थे करांगे असल मुद्दों पर सत्ता बैठ के करांगे तो सियासतदान नूं दसांगे कि लोग हुण की चाहते हैं